पग पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह विशाला तहरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह बिघ्न विनाशन सोए तन तन सच्चे पातशाह गरीब नवाज दीन दुनिया दे मालक चबर छतर तखत दे मालक समरथ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां सिखां सेवकां दे उत्ते कृपा करन वाले दया करन वाले रहमतां बख्शिशां करन वाले हजूर गरीब नवाज सच्चे पातशाह धन धन सतगुरु गरीब नवाज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्यार दे नाल सारी संगत गज के कहो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज सतगुरु सच्चे पातशाह महाराज जी की पवित्र पावन हाजरी विखे सुभाई मान साध संगत जी आप जी बड़े प्यार दे नाल हजूर गरीब नवाज सच्चे पातशाह जी की हाजरी में सज के बैठे हो गुरबाणी जी का रस भिन्ना कीर्तन आप सब संगत ने बड़े प्यार दे नाल सरवण किया है आओ सारी संगत दोवें हाथ जोड़ के गज के फतेह बुलाओ जी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ। ਆਪ ਜੀ ਸਿੱਖ ਸੰਗਤ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਹਜ਼ੂਰ ਗਰੀਬ ਨਵਾਜ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸਤਿਗੁਰੂ ਸੱਚੇ ਪਾਤਸ਼ਾਹ ਸੰਗਲਾ ਦੀਪ ਦੇ ਵਿੱਚ ਰਾਜੇ ਸ਼ਿਵ ਨਾਭ ਦਾ ਭਲਾ ਕਰਨ ਵਾਸਤੇ ਪਹੁੰਚੇ ਹੈ। ਮਹਾਰਾਜ ਸਾਹਿਬ ਜੀ ਰਾਜੇ ਸ਼ਿਵ ਨਾਭ ਨੂੰ ਉਪਦੇਸ਼ ਦੇ ਰਹੇ ਹੈ। ਪਿਛਲੇ 3 ਦਿਨਾਂ ਤੋਂ ਆਪ ਜੀ ਉਹ ਪ੍ਰਸੰਗ ਸਰਵਣ ਕਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਕਿਹੜਾ ਉਪਦੇਸ਼ ਦੇ ਰਹੇ ਹੈ? ਮਨ ਨੂੰ ਰੋਕਣ ਦੇ 2 ਸਾਧਨ ਮਹਾਰਾਜ ਨੇ ਦੱਸੇ ਹੈ, ਇੱਕ ਹੈ ਹੱਠ ਯੋਗ, ਇੱਕ ਹੈ ਭਗਤੀ ਯੋਗ। ਜੀ ਜਿਹੜਾ ਹੱਠ ਯੋਗ ਹੈ ਨਾ, ਹੱਠ ਯੋਗ ਦੇ ਨਾਮ ਤੋਂ ਹੀ ਆਪ ਜੀ ਨੂੰ ਪਤਾ ਲੱਗਦਾ ਹੈ ਵੀ ਹੱਠ ਯੋਗ ਜਿਹੜਾ ਹੈ ਉਹ ਸਾਧ ਸੰਗਤ ਜੀ ਹੱਠ ਵਾਲਾ ਹੈ। ਜੀ ਹੱਠ ਵਾਲਾ ਕੀ ਹੁੰਦਾ ਜੀ? ਹੱਠ ਦਾ ਭਾਵ ਹੁੰਦਾ ਜਿੱਦ ਜੀ। ਬੜੇ ਇਰਾਦੇ ਵਿੱਚ ਪੱਕੇ ਰਹਿਣਾ ਪੈਂਦਾ ਅਤੇ ਫਿਰ ਜਾ ਕੇ ਬੰਦਾ ਹੱਠ ਯੋਗ ਕਰ ਪਾਉਂਦਾ ਹੈ ਜੀ। ਜਦੋਂ ਇਰਾਦੇ ਵਿੱਚ ਐਨ ਪੱਕਾ ਰਹਿੰਦਾ ਫਿਰ ਹੱਠ ਯੋਗ ਹੁੰਦਾ ਸਾਧ ਸੰਗਤ ਜੀ। ਉਵੇਂ ਹੱਠ ਯੋਗ ਕਰਨਾ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਭਾਵੇਂ ਕਿ ਹੱਠ ਯੋਗ ਕਰਨਾ ਸਾਡੀ ਮੱਤ ਨਹੀਂ ਹੈਗੀ ਜੀ, ਹੱਠ ਯੋਗ ਜਿਹੜੀ ਹੈ, ਕਿਉਂਕਿ ਠੀਕ ਹੈ ਮਹਾਰਾਜ ਨੇ ਹੱਠੀਆਂ ਜੱਪੀਆਂ ਤੱਪੀਆਂ, ਸਾਰਿਆਂ ਦਾ ਧਿਆਨ ਧਰ ਕੇ ਅਸੀਂ ਕੀ ਬੋਲਦੇ ਹਾਂ? ਵਾਹਿਗੁਰੂ। ਪਰ ਸਾਧ ਸੰਗਤ ਜੀ ਹੱਠ ਯੋਗ ਬਾਰੇ ਫਿਰ ਵੀ ਗੁਰੂ ਸਾਹਿਬ ਖੋਲ੍ਹ ਕੇ ਗੱਲ ਦੱਸ ਰਹੇ ਹੈ। ਯਮ 10 ਤਰੀਕਿਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਫਿਰ ਨੇਮ ਦੱਸਿਆ। ਉਹਦੇ ਤੋਂ ਬਾਅਦ ਸਾਧ ਸੰਗਤ ਜੀ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਅਗਲੀ ਵਿਧੀ ਜਿਹੜੀ ਦੱਸੀ ਉਹ ਵੀ ਆਪ ਜੀ ਨੇ ਸਰਵਣ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ, ਸੰਤੋਖ ਰੱਖਣਾ ਹੈ, ਦਾਨ ਕਰਨਾ ਹੈ। ਦਾਨ ਦੇ ਬਾਰੇ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ। ਦਾਨ ਵੀ ਬੜੇ ਧਿਆਨ ਨਾਲ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ। ਦਾਨ ਕਰਕੇ ਅਤੇ ਦਾਨ ਦਾ ਮਾਣ ਨਹੀਂ ਕਰਨਾ ਚਾਹੀਦਾ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਜੇ ਦਾਨ ਕਰਕੇ ਦਾਨ ਦਾ ਮਾਣ ਬੰਦਾ ਕਰ ਲਵੇ ਤਾਂ ਵੀ ਸਾਧ ਸੰਗਤ ਜੀ ਗੱਲ ਨਹੀਂ ਬਣਦੀ ਜੀ। ਇਹ ਰਸਤਾ ਬੜਾ ਹੀ ਸੂਖਮ ਹੈ, ਬੜਾ ਹੀ ਸੂਖਮ ਹੈ। ਕਿਉਂ? ਜ਼ਬਰਦਸਤੀ ਕੋਈ ਨਾ ਕੋਈ ਸਾਧ ਸੰਗਤ ਜੀ ਬੰਦੇ ਕੋਲੋਂ ਭੁੱਲ ਤਾਂ ਹੁੰਦੀ ਰਹਿੰਦੀ ਹੈ, ਕੋਈ ਨਾ ਕੋਈ ਭੁੱਲ, ਭਾਵੇਂ ਸੁੱਤੇ ਸਿੱਧ ਹੋਵੇ ਭੁੱਲ ਹੁੰਦੀ ਰਹਿੰਦੀ ਹੈ। ਦਾਨ ਕਰਨ ਬਾਰੇ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪ ਜੀ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸਰਵਣ ਕਰੋ। ਤਪ ਕਰਨ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਸੀਗਾ, ਰਜੋ ਗੁਣ ਤਮੋ ਗੁਣ ਸਤੋ ਗੁਣੀ ਫਲ ਮਿਲਦੇ ਹੈ। ਇਹ ਗੱਲਾਂ ਭਾਵੇਂ ਸਿੱਖ ਦੇ ਜੀਵਨ ਦਾ ਅੰਗ ਕਈ ਵਾਰੀ ਨਹੀਂ ਵੀ ਬਣਦੀਆਂ, ਪਰ ਫਿਰ ਵੀ ਸੁਣ ਲਵੇ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਾਹਿਗੁਰੂ ਕੋ ਜਾਣਕੈ ਸਭੈ ਪਦਾਰਥ ਦੇ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਰਾਜੇ ਸ਼ਿਵ ਨਾਮ ਨੂੰ ਦੱਸ ਰਹੇ ਹੈ ਹੱਠ ਯੋਗ ਦੇ ਵਿੱਚ ਦਾਨ ਕਰਨ ਬਾਰੇ ਜੀ। ਮਹਾਰਾਜ ਕਹਿੰਦੇ ਭਾਈ ਰੱਬ ਨੂੰ ਜਾਣਨਾ ਹਿਰਦੇ ਵਿੱਚ ਇਹ ਜਾਣਨਾ ਹੈ ਵੀ ਜੋ ਮੈਂ ਦੇ ਰਿਹਾ ਸਭ ਵਾਹਿਗੁਰੂ ਦਾ ਹੀ ਹੈ ਜੀ। ਗੱਜ ਕੇ ਆਖੋ, ਵਾਹਿਗੁਰੂ ਮੇਰਾ ਕੁਝ ਵੀ ਨਹੀਂ ਹੈਗਾ ਜੀ। ਬੜੇ ਬੜੇ ਬੰਦੇ ਸਾਧ ਸੰਗਤ ਜੀ ਦਾਨੀ ਵੇਖੇ ਹੈ ਜਿਹੜੇ ਇਹ ਕਹਿੰਦੇ ਵੀ ਸਾਡਾ ਕੁਝ ਨਹੀਂ ਦਿੱਤਾ ਹੋਇਆ, ਸਭ ਵਾਹਿਗੁਰੂ ਦਾ ਹੀ ਹੈ ਜੀ, ਸਭ ਕੁਝ ਵਾਹਿਗੁਰੂ ਜੀ ਦਾ ਹੈ।
ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੱਸ ਰਹੇ ਹੈ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦਾ ਜਾਣੇ ਸਾਰਾ ਕੁਛ, ਰੱਬ ਦਾ ਜਾਣ ਕੇ ਦਾਨ ਦੇਵੇ ਵੀ ਇਹ ਮੇਰਾ ਕੁਝ ਨਹੀਂ ਹੈਗਾ, ਸਭ ਰੱਬ ਦਾ ਹੀ ਹੈ। ਹਾਂਜੀ, ਤਨਕ ਨਾ ਆਪਣਾ ਮਨ ਨਹੀਂ ਤਾਹੇ ਅਖੈ ਫਲ ਲੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਵਿਅਕਤੀ ਦਾਨ ਕਰਨ ਲੱਗਿਆ ਇਹ ਸਮਝੇ ਵੀ ਜੋ ਮੈਂ ਦੇ ਰਿਹਾ ਮੇਰਾ ਕੁਝ ਨਹੀਂ ਹੈਗਾ, ਕਹਿੰਦੇ ਫਿਰ ਉਹਨੂੰ ਉਹ ਫਲ ਮਿਲਦਾ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਬੰਦਾ ਇਹ ਸੋਚੇ ਵੀ ਮੇਰਾ ਮੈਂ ਆਪਣੇ ਕੋਲੋਂ ਦੇ ਰਿਹਾ ਫਿਰ ਤਾਂ ਪਿਆਰੇ ਉਹਨੂੰ ਜਿਹੜਾ ਫਲ ਮਿਲਣਾ ਉਹ ਥੋੜ੍ਹਾ ਬਹੁਤਾ ਹੋਏਗਾ, ਪਰ ਇਹ ਸਮਝਣਾ ਵੀ ਮੇਰਾ ਕੁਝ ਨਹੀਂ ਹੈਗਾ, ਸਭ ਵਾਹਿਗੁਰੂ ਜੀ ਦਾ ਦਿੱਤਾ ਹੋਇਆ, ਇਹ ਭਾਵਨਾ ਰੱਖ ਕੇ ਜਿਹੜਾ ਦਾਨ ਕਰਦਾ ਨਾ, ਮਹਾਰਾਜ ਕਹਿੰਦੇ ਸ਼ਿਵ ਨਾਭ ਉਹਨੂੰ ਅਖੈ ਫਲ ਮਿਲਦਾ, ਜਿਹੜਾ ਨਾਸ਼ ਨਹੀਂ ਹੁੰਦਾ ਫਲ, ਇਹੋ ਜਿਹਾ ਫਲ ਮਿਲਦਾ ਜੀ। ਹਾਂਜੀ, ਚੌਪਈ ਦਰਬ ਕਿਥੋਂ ਵਿਦਿਆ ਕੋ ਦਾਨਾ। ਇੱਕ ਦਾਨ ਮਹਾਰਾਜ ਕਹਿੰਦੇ ਹੋਰ ਹੈ, ਇੱਕ ਤਾਂ ਨਾ ਪੈਸੇ ਦੇਣਾ, ਪੈਸੇ ਦੇਣਾ ਵੀ ਦਾਨ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਿਵ ਨਾਭ ਕਿਸੇ ਬੰਦੇ ਨੂੰ ਵਿੱਦਿਆ ਦਾ ਦਾਨ ਦੇਣਾ ਇਹ ਵੀ ਬੜਾ ਵੱਡਾ ਫਲ ਹੈਗਾ ਹੈ ਜੀ, ਬੜਾ ਵੱਡਾ ਫਲ ਹੈ। ਗੁਰਬਾਣੀ ਪੜ੍ਹਾ ਦੇਣੀ ਬੜਾ ਵੱਡਾ ਫਲ ਹੈ, ਕਿਸੇ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਉਹਨੂੰ ਗੁਰਬਾਣੀ ਪੜ੍ਹਾਉਣੀ ਇਹ ਤਾਂ ਬਹੁਤ ਵੱਡਾ ਫਲ ਹੈ। ਸੰਗਤ ਜੀ, ਭਾਈ ਗੁਰਦਾਸ ਜੀ ਇਹ ਗੱਲ ਲਿਖਦੇ ਆ, ਭਾਈ ਗੁਰਦਾਸ ਜੀ ਕਹਿੰਦੇ ਹੈ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਕਹਿੰਦੇ ਜਿਵੇਂ 100 ਸੋਨੇ ਦੇ ਮਹਿਲ ਬੰਦਾ ਬਣਾ ਕੇ ਦਾਨ ਕਰ ਦੇਵੇ, ਬੜਾ ਵੱਡਾ ਦਾਨ ਹੈ ਸਤਸੰਗਤ ਜੀ, 100 ਸੋਨੇ ਦੇ ਮਹਿਲ ਬਣਾ ਕੇ ਅਤੇ ਦਾਨ ਕਰਨੇ, ਕੋਈ ਇੱਕ ਕਮਰਾ ਹੀ ਦਾਨ ਕਰਦੇ ਉਹ ਨਹੀਂ ਬੜੇ ਮਾਣ ਬੜੀ ਵੱਡੀ ਗੱਲ ਹੈ ਜੀ ਅੱਜ ਦੇ ਸਮੇਂ 'ਚ। 100 ਸੋਨੇ ਦੇ ਮਹਿਲ ਬਣਾ ਕੇ ਦਾਨ ਕਰ ਦੇਵੇ ਅਤੇ ਉਹਦਾ ਜਿਹੜਾ ਫਲ ਮਿਲਣਾ ਹੈ ਉਹ ਗੁਰੂ ਦੇ ਸਿੱਖ ਨੂੰ ਇੱਕ ਗੁਰਬਾਣੀ ਦਾ ਸ਼ਬਦ ਸਿਖਾਉਣ ਨਾਲ ਹੀ ਮਿਲ ਜਾਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਆਪੇ ਹੀ ਬੰਦਾ ਅੰਦਾਜ਼ਾ ਲਾ ਲਏ ਵੀ ਕਿੰਨਾ ਵੱਡਾ ਫਲ ਹੈਗਾ ਜੀ, ਕਿੰਨਾ ਵੱਡਾ ਫਲ ਹੈਗਾ ਜੀ। ਅਤੇ ਜਿਹੜੇ ਸਾਨੂੰ ਜਿਹਨਾਂ ਸੰਥਿਆ ਕਰਾਈ ਨਾ ਜੀ ਸਿੰਘ ਸਾਹਿਬ ਰਵੇਲ ਸਿੰਘ ਜੀ ਹੋਣਾ, ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਪੈਸੇ ਲੈਂਦੇ ਹੋ, ਸਾਰੇ ਬੱਚੇ ਪੁੱਛਦੇ ਆ ਵੀ ਭੇਟਾ ਕੀ ਹੈ ਗੁਰਬਾਣੀ ਸਿਖਾਉਣ ਦੀ, ਕਹਿੰਦੇ ਭੇਟਾ ਇਹੋ ਹੀ ਹੈ ਆਪ ਸਿੱਖ ਕੇ ਅੱਗੋਂ 5 ਜਣਿਆਂ ਨੂੰ ਹੋਰ ਗੁਰਬਾਣੀ ਦਾ ਪਾਠ ਕਰਨਾ ਸਿਖਾਉਣਾ, ਕਹਿੰਦੇ ਇਹ ਭੇਟਾ ਹੈ, ਬੜਾ ਵੱਡਾ ਫਲ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਵਿੱਦਿਆ ਦਾ ਦਾਨ ਦੇਣਾ, ਨਿਰਮਾਣ ਹੋ ਕੇ ਦਾਨ ਦੇਣਾ, ਨਿਮਰਤਾ ਦੇ ਨਾਲ ਦੇਣਾ, ਕਈ ਗੁਰਬਾਣੀ ਤਾਂ ਸਿਖਾਉਂਦੇ ਆ ਪਰ ਬੜੇ ਮਾਣ ਨਾਲ, ਮਹਾਰਾਜ ਕਹਿੰਦੇ ਨਿਮਰਤਾ ਦੇ ਨਾਲ ਗੁਰਬਾਣੀ ਸਿਖਾਉਣੀ। ਹਾਂਜੀ, ਦੇਤ ਸ਼ਾਂਤ ਕੀ ਹੋਵੇ ਨਿਰਮਾਨਾ। ਮਹਾਰਾਜ ਕਹਿੰਦੇ ਇਹਦੇ ਨਾਲ ਫਿਰ ਹਿਰਦੇ ਨੂੰ ਨਿਮਰਤਾ ਦਾ ਫਲ ਮਿਲਦਾ ਹੈ, ਸਤੋ ਗੁਣ ਬੰਦੇ ਦੇ ਅੰਦਰ ਪ੍ਰਗਟ ਹੁੰਦੇ ਆ। ਹਾਂਜੀ, ਤੇਹ ਕੋ ਫਲ ਹੋਵੇ ਅੰਮ੍ਰਿਤ ਬਿਸਾਲਾ। ਉਹਦਾ ਇਹੋ ਜਿਹਾ ਫਲ ਮਿਲਦਾ ਹੈ ਕਿਸੇ ਨੂੰ ਵਿੱਦਿਆ ਦਾਨ ਦੇਣ ਦਾ ਜਿਹਦਾ ਫਲ ਸਾਧ ਸੰਗਤ 'ਚ ਮਿਟ ਨਹੀਂ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਕਈ ਸਿੱਧਾ ਪੜ੍ਹਾ ਸਕਦੇ ਆ, ਅਤੇ ਮੈਂ ਦਾਸ ਨੇ ਕਈ ਗੁਰਸਿੱਖਾਂ ਦੇ ਦਰਸ਼ਨ ਕੀਤੇ ਆ ਜਿਹੜੇ ਦੂਜੇ ਬੱਚਿਆਂ ਦੀ ਫੀਸ ਭਰ ਕੇ ਉਹਨਾਂ ਨੂੰ ਪੜ੍ਹਾ ਦਿੰਦੇ ਆ ਜੀ। ਹਾਂਜੀ, ਮਾਇਆ ਵਾਹਿਗੁਰੂ ਨੇ ਦਿੱਤੀ ਹੈ, ਕਿਸੇ ਦੇ ਫੀਸ ਦੇ ਦਿੰਦੇ ਆ, ਬੱਚਾ ਪੜ੍ਹ ਲਿਖ ਜਾਂਦਾ ਜੀ, ਉਹਦਾ ਬੜਾ ਵੱਡਾ ਫਲ ਹੈ। ਹਾਂਜੀ, ਵੇਦ ਸੰਤ ਭਾਖਤ ਇਸ ਢਾਲਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਿਵ ਨਾਭ ਵੇਦ ਸੰਤ ਸਾਰੇ ਮਹਾਂਪੁਰਖ ਸਾਰੇ ਦੱਸਦੇ ਹੈ, ਵਿੱਦਿਆ ਪੜ੍ਹਾਉਣ ਦਾ ਵੀ ਬੜਾ ਵੱਡਾ ਫਲ ਹੈ, ਇਹ ਵੀ ਦਾਨ ਹੈ। ਹਾਂਜੀ, ਪੰਚਮ ਪੂਜਾ ਮਨ ਕਰ ਕਰਨੀ। ਹਾਂਜੀ, ਹਿਰਦੇ ਭਾਵਨੀ ਗੁਰੂ ਮਹਿ ਧਰਨੀ। ਪੰਜਵਾਂ ਨੇਮ ਕੀ ਹੈ, ਨੇਮ ਮਹਾਰਾਜ ਦੱਸ ਰਹੇ ਸਨ, ਪੰਜਵਾਂ ਨੇਮ ਕੀ ਹੈ, ਰੋਜ਼ ਆਪਣੇ ਇਸ਼ਟ ਦੀ ਪੂਜਾ ਕਰਨੀ ਜੀ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਹਰ ਰੋਜ਼ ਆਪਣੇ ਇਸ਼ਟ ਦੀ ਪੂਜਾ ਕਰਨੀ, ਅਤੇ ਪਿਆਰਿਓ ਸਾਡੇ ਇਸ਼ਟ ਕੌਣ ਨੇ, ਸਾਡੇ ਇਸ਼ਟ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪਣੇ ਇਸ਼ਟ ਦੀ ਪੂਜਾ ਕਰਨੀ, ਹੁਣ ਇਸ਼ਟ ਦੀ ਪੂਜਾ ਕਿਵੇਂ ਹੋਏਗੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋਤ ਦੀ ਲੋੜ ਹੈ ਜਾਂ ਕਿਸ ਚੀਜ਼ ਦੀ ਲੋੜ ਹੈ,
ਪਿਆਰਿਓ ਗੁਰੂ ਗ੍ਰੰਥ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਦੇਣਾ, ਇਹੋ ਹੀ ਬੜੀ ਵੱਡੀ ਪੂਜਾ ਹੈ। ਕਰੋ ਇੱਕ ਵਾਰੀ ਹੱਥ ਜੋੜੋ, ਸਿਰ ਨਿਵਾਓ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪਣੇ ਇਸ਼ਟ ਦੀ ਪੂਜਾ ਕਰਨੀ ਤੇ ਕਰਨੀ ਮਨ ਲਾ ਕੇ, ਰੋਜ਼ ਗੁਰੂ ਜੀ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨੀ, ਮਹਾਰਾਜ ਸਾਹਿਬ ਜੀ ਉੱਤੇ ਚੌਰ ਸਾਹਿਬ ਦੀ ਸੇਵਾ ਕਰਨੀ, ਇਹ ਵੀ ਇਸ਼ਟ ਦੀ ਪੂਜਾ ਹੀ ਹੈ। ਹਾਂਜੀ, ਸਫਲੀ ਪੂਜਾ ਹੋਵਤ ਤਾਂ ਕੀ। ਇੱਕ ਗੱਲ ਮਹਾਰਾਜ ਕਹਿੰਦੇ, ਸ਼ਿਵ ਨਾਭ ਚੇਤਾ ਰੱਖ ਲੈ, ਜਿਹੜਾ ਨੇਮ ਦੇ ਨਾਲ ਅਤੇ ਪ੍ਰੇਮ ਦੇ ਨਾਲ ਇਸ਼ਟ ਦੀ ਪੂਜਾ ਕਰਦਾ ਨਾ ਜੀ, ਉਹਦੀ ਪੂਜਾ ਸਫਲੀ ਹੁੰਦੀ ਹੈ ਮਹਾਰਾਜ ਕਹਿੰਦੇ। ਹੁਣ ਸੰਗਤ ਜੀ, ਜ਼ਰੂਰੀ ਨਹੀਂ ਹੈਗਾ ਜੋ ਦਾਨ ਪੁੰਨ ਬੰਦਾ ਪੂਜਾ ਕਰਦਾ ਸਿਮਰਨ ਕਰਦਾ ਸਭ ਕੁਝ ਸਫਲਾ ਹੋਈ ਜਾਵੇ। ਮਨ ਬੜਾ ਮੈਲਾ ਹੈ, ਮਨ ਮੈਲਾ, ਸਭ ਕੁਛ ਮੈਲਾ, ਪਰ ਮਹਾਰਾਜ ਕਹਿੰਦੇ ਜਿਹੜਾ ਪ੍ਰੇਮ ਨਾਲ ਇਸ਼ਟ ਦੀ ਸੇਵਾ ਕਰਦਾ ਨਾ ਜੀ, ਉਹਦੀ ਸੇਵਾ ਜ਼ਰੂਰ ਸਫਲੀ ਹੁੰਦੀ ਹੈ। ਹਾਂਜੀ, ਸਦਾ ਭਾਵਨੇ ਸੋ ਮਤ ਜਾਂ ਕੀ, ਦੋਹਰਾ ਛਟਮ ਨੇਮ ਨਿਜ ਗੁਰ ਸ਼ਬਦ। ਤੇ ਸਾਡਾ ਇਸ਼ਟ ਕੌਣ ਹੈ? ਸਾਡਾ ਇਸ਼ਟ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਤੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਇਸ਼ਟ ਦੀ ਸੇਵਾ ਸਫਲੀ ਕਿਵੇਂ ਹੈ? ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋਂ ਜਾਏ। ਗੁਰੂ ਸਾਹਿਬ ਦੀ ਸੇਵਾ ਸਫਲੀ ਹੈ, ਗੁਰੂ ਦੀ ਸੇਵਾ ਕੀਤਿਆਂ ਮਨ ਚਿੰਦਾ ਫਲ ਮਿਲਦਾ, ਜੋ ਬੰਦਾ ਸੋਚਦਾ ਉਹ ਮਿਲਦਾ, ਪਰ ਕਦੋਂ? ਜਦੋਂ ਕੋਈ ਗੁਰੂ ਕਾ ਪਿਆਰਾ ਚਿੱਤ ਲਾ ਕੇ ਸੇਵਾ ਕਰੇ। ਚਿੱਤ ਲਾ ਕੇ ਸੇਵਾ ਕਰਨੀ ਕੀ ਹੈ ਪਿਆਰਿਓ? ਬੜੇ ਧਿਆਨ ਨਾਲ ਸੁਣਨਾ, ਭਾਂਡੇ ਮਾਂਜਣੇ ਹੈ, ਤੁਸੀਂ ਆਖੋਗੇ ਚਿੱਤ ਕਿੱਥੇ ਲਾਉਣਾ? ਜੋੜਿਆਂ ਦੀ ਸੇਵਾ ਕਰ ਰਹੇ ਹਾਂ, ਚਿੱਤ ਕਿੱਥੇ ਲਾਉਣਾ? ਇਹ ਵੀ ਬੜੇ ਧਿਆਨ ਨਾਲ ਸੁਣਨਾ। ਜਦੋਂ ਭਾਂਡਿਆਂ ਦੀ ਸੇਵਾ ਕਰ ਰਹੇ ਹੋ, ਜੋੜਿਆਂ ਦੀ ਸੇਵਾ ਕਰ ਰਹੇ ਹੋ, ਲੰਗਰ ਪਕਾਉਣ ਦੀ ਸੇਵਾ ਕਰ ਰਹੇ ਹੋ, ਕਿਸੇ ਨਾਲ ਗੱਲ ਨਹੀਂ ਕਰਨੀ ਜੀ। ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰੱਖਣਾ। ਕਈ ਵਾਰੀ ਵੇਖੀਦਾ ਬੀਬੀਆਂ ਲੰਗਰ ਪਕਾਉਂਦੀਆਂ, ਨਾਲੇ ਹੱਸੀ ਖੇਡੀ ਜਾਂਦੀਆਂ ਜੀ, ਉੱਥੇ ਹੀ ਜੀ ਸੇਵਾ ਹੋ ਰਹੀ ਹੈ, ਕਿਸੇ ਨਾਲ ਗੱਲ ਨਹੀਂ ਕਰਨੀ ਜੀ। ਅਤੇ ਜਿੱਥੇ ਕਿਸੇ ਨਾਲ ਗੱਲ ਨਹੀਂ ਕਰਨੀ, ਉੱਥੇ ਫਿਰ ਆਪਣੇ ਹਿਰਦੇ ਵਿੱਚ, ਮੁੱਖ ਵਿੱਚ ਵਾਹਿਗੁਰੂ ਵਾਹਿਗੁਰੂ ਜਪਣਾ ਜੀ, ਧਿਆਨ ਇਸ ਪਾਸੇ ਦਾ ਰੱਖਣਾ। ਮਹਾਰਾਜ ਕਹਿੰਦੇ ਆਹ ਜਿਹੜਾ ਕੰਮ ਕਰੇਗਾ ਉਹਦੀ ਸੇਵਾ ਸਫਲੀ ਹੋਏਗੀ ਜੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਮਹਾਰਾਜ ਸ਼ਿਵਨਾਭ ਨੂੰ ਦੱਸਦੇ, ਮਹਾਰਾਜ ਕਹਿੰਦੇ ਸ਼ਿਵਨਾਭ ਪੰਜਵਾਂ ਨੇਮ ਹੈ, ਹਰ ਰੋਜ਼ ਆਪਣੇ ਇਸ਼ਟ ਦੀ ਪੂਜਾ ਕਰਨੀ, ਹਰ ਰੋਜ਼ ਇਸ਼ਟ ਦੀ ਸੇਵਾ ਕਰਨੀ। ਕਈਆਂ ਨੇ ਸੰਗਤ ਦੀ ਨੇਮ ਬਣਾਇਆ, ਉਹ ਬੜੇ ਪਿਆਰ ਨਾਲ ਰੋਜ਼ ਸੇਵਾ ਕਰਦੇ ਜੀ, ਰੋਜ਼ ਸੇਵਾ ਕਰਦੇ। ਰੋਜ਼ ਸੇਵਾ ਕਰਨ ਵਾਲਿਆਂ ਨੂੰ ਕੋਈ ਨਾ ਕੋਈ ਫਲ ਲਾਭ ਪ੍ਰਾਪਤ ਹੋ ਹੀ ਜਾਂਦਾ ਜੀ। ਹਾਂਜੀ, ਤਾਂ ਕਿ ਜੇ ਅਨੁਸਾਰ ਛਠਮ ਨੇਮ ਨਿਜ ਗੁਰ ਸ਼ਬਦ। ਤਾਂ ਕਿ ਜੇ ਅਨੁਸਾਰ, ਮਹਾਰਾਜ ਕਹਿੰਦੇ ਛੇਵਾਂ ਨੇਮ ਕੀ ਰੱਖਣਾ? ਰੋਜ਼ ਗੁਰੂ ਦੇ ਮੰਤਰ ਦਾ ਜਾਪ ਕਰਨਾ ਜੀ। ਇੱਕ ਵਾਰੀ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰ ਮੰਤਰ ਹੈ। ਰੋਜ਼ ਗੁਰੂ ਦੇ ਸ਼ਬਦ ਦਾ ਜਾਪ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੇਵਾਂ ਨੇਮ ਹੈ। ਹਾਂਜੀ, ਤਿੰਨ ਹੀ ਕੋ ਪੜ ਹੈ ਸੁਣੈ, ਤਿੰਨ ਕੋ ਕਰੇ ਵਿਚਾਰ। ਹੁਣ ਵਾਹਿਗੁਰੂ ਵਾਹਿਗੁਰੂ ਤੇ ਕਰਨ ਵਾਲੇ ਬੜੇ ਨੇ, ਗੁਰੂ ਦੇ ਸ਼ਬਦ ਦਾ ਨੇਮ ਕਰਨਾ, ਗੁਰਬਾਣੀ ਵੀ ਪੜ੍ਹਦੇ ਆ ਨੇਮ ਦੇ ਨਾਲ। ਪਰ ਪਿਆਰਿਓ, ਗੁਰਬਾਣੀ ਤੇ ਨੇਮ ਨਾਲ ਪੜ੍ਹਦੇ ਪਰ ਗੁਰਬਾਣੀ ਦੇ ਵਿਚਾਰ ਨਹੀਂ ਕਰਦੇ ਜੀ, ਵਿਚਾਰ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਕਹਿੰਦੇ ਸ਼ਿਵਨਾਭ, ਫਿਰ ਉਹਦੀ ਵਿਚਾਰ ਕਰਨੀ ਹੈ, ਜੋ ਪੜ੍ਹਿਆ ਸੁਣਿਆ ਨਾ ਉਹਦੀ ਵਿਚਾਰ ਕਰਨੀ ਹੈ। ਕੀ ਵਿਚਾਰ ਕਰਨੀ ਹੈ? ਹਾਂਜੀ, ਚੌਪਈ ਗੁਰੂ ਸਿਧਾਂਤ ਬਿਨਾਂ ਜੋ ਆਨਾ, ਹਾਂਜੀ, ਤਿੰਨ ਕੇ ਬਚਨ ਸੁਣੇ ਨਹਿ ਕਾਨਾ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ
ਆਪਣੇ ਆਪ ਨੂੰ ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਕਰਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਤੇ ਕਹਿੰਦੇ ਝੂਠ ਨਹੀਂ ਬੋਲਣਾ, ਮਹਾਰਾਜ ਕਹਿੰਦੇ ਝੂਠ ਨਹੀਂ ਬੋਲਣਾ। ਹੁਣ ਇਹ ਗੱਲ ਹੈ ਜਿਹੜੀ ਝੂਠ ਨਹੀਂ ਬੋਲਣਾ, ਸੁਣ ਵੀ ਲਈ ਵਾਹ ਜੀ ਵਾਹ, ਬੜਾ ਆਨੰਦ ਆਇਆ। ਕਥਾ ਦੇ ਬੜੇ ਨੇਮੀ ਨੇ ਕਈ, ਬੜਾ ਆਨੰਦ ਆਇਆ, ਬੜਾ ਰਸ ਆਇਆ, ਅਤੇ ਸੂਈ ਉੱਥੇ ਹੀ ਖਲੋਤੀ ਹੈ ਜੀ। ਅੰਦਰ ਦਾ ਸੁਭਾਅ ਨਹੀਂ ਬਦਲਿਆ ਜੀ, ਅੰਦਰ ਕੋਈ ਫਰਕ ਨਹੀਂ ਪਿਆ। ਹਉਮੈ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਸਾਰਾ ਕੁਝ ਉੱਥੇ ਹੀ ਖਲੋਤਾ ਜੀ, ਸਭ ਕੁਝ ਉੱਥੇ ਖਲੋਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ, ਮਹਾਰਾਜ ਕਹਿੰਦੇ ਹੈ, ਗੁਰੂ ਦੇ ਸ਼ਬਦ ਨੂੰ ਸੁਣਨਾ ਅਤੇ ਸ਼ਬਦ ਨੂੰ ਸੁਣ ਕੇ ਉਹਦੇ ਅਨੁਸਾਰ ਹੀ ਵੀ ਆਉਣਾ। ਮਹਾਰਾਜ ਕਹਿੰਦੇ ਉਹਦੇ ਅਨੁਸਾਰ ਹੀ ਵੀ ਆਉਣਾ ਜੀ। ਇਹ ਕੰਮ ਅਸੀਂ ਬਾਬਿਆਂ 'ਤੇ ਛੱਡਿਆ ਜੀ, ਅਤੇ ਬਾਬੇ ਵੀ ਬੜੇ ਭਲੇ ਮਾਨਸ ਨੇ ਅੱਜ ਕੱਲ੍ਹ ਦੇ, ਉਹ ਵੀ ਨਹੀਂ ਹੁੰਦੇ ਜੀ। ਇਹ ਕੰਮ ਅਸੀਂ ਬਾਬਿਆਂ 'ਤੇ ਛੁੱਟਿਆ ਵੀ ਤੁਸੀਂ ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਹੋਵੋ, ਅਸੀਂ ਤਾਂ ਉਵੇਂ ਲੜਨਾ ਝਗੜਨਾ, ਅਸੀਂ ਤਾਂ ਉਵੇਂ ਹੀ ਪੁੱਠੇ ਕੰਮ ਕਰਨੇ ਸਾਰੇ। ਤੁਸੀਂ ਹੋ ਜਾਓ ਸ਼ਬਦ ਦੇ ਅਨੁਸਾਰ ਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੇ ਅਨੁਸਾਰ ਹੀ ਹੋਣਾ, ਗੁਰ ਸਿਧਾਂਤ ਬਿਨਾਂ ਜੋ ਆਨਾ। ਹਾਂਜੀ, ਤਿੰਨ ਕੇ ਬਚਨ ਸੁਣੇ ਨਹਿ ਕਾਨਾ, ਫਿਰ ਪੜੋ ਗੁਰੂ ਸਿਧਾਂਤ ਚੌਪਈ, ਗੁਰੂ ਸਿਧਾਂਤ ਬਿਨਾਂ ਜੋ ਆਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਤਵੀਂ ਗੱਲ ਸੁਣੋ, ਸੱਤਵਾਂ ਨੇਮ, ਆਪਣੇ ਗੁਰੂ ਦੇ ਸਿਧਾਂਤ ਤੋਂ ਬਗੈਰ। ਹਾਂਜੀ, ਤਿੰਨ ਕੇ ਬਚਨ ਸੁਣੇ ਨਹਿ ਕਾਨਾ, ਹੋਰ ਕਿਸੇ ਦੇ ਬਚਨ ਨਾ ਆਪਣੇ ਕੰਨਾਂ ਨਾਲ ਸੁਣੇ। ਗੱਜ ਕੇ ਆਖੋ ਵਾਹਿਗੁਰੂ, ਹੋਰ ਨਾ ਕਿਸੇ ਦੇ ਬਚਨ ਸੁਣੇ, ਆਪਣੇ ਗੁਰੂ ਦੇ ਬਚਨ ਆਪਣੇ ਹਿਰਦੇ 'ਚ ਰੱਖੇ ਜੀ, ਬੜੇ ਧਿਆਨ ਨਾਲ ਸੁਣਿਓ। ਸਿੱਖ ਸੀਗਾ, ਸਿੱਖ ਇਹ ਪਹਿਲੇ ਸਮੇਂ ਗੁਰਮੁਖ ਇਹ ਸਾਖੀ ਸੁਣਾਉਂਦੇ ਹੁੰਦੇ ਸੀਗੇ, ਆਪਣੇ ਗੁਰੂ ਦੀ ਵਡਿਆਈ ਕਰਨੀ ਹੈ। ਹੋਰ ਕਿਸੇ ਦੀ ਮੱਤ ਜੇ ਸੁਣ ਵੀ ਲਈ ਹੈ ਨਾ, ਉਹਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਣਾ। ਹੁਣ ਇਹਨੂੰ ਕੋਈ ਕੱਟੜਤਾ ਆਖੇ, ਭਾਵੇਂ ਜੋ ਮਰਜ਼ੀ ਆਖੇ, ਪਰ ਪਿਆਰਿਓ ਇੱਕ ਗੱਲ ਚੇਤਾ ਰੱਖਿਓ, ਸੁਹਾਗਣ ਇਸਤਰੀ ਜਿਹੜੀ ਹੈ ਨਾ, ਉਹ ਆਪਣੇ ਪਤੀ ਦੀ ਵਡਿਆਈ ਕਰਦੀ ਹੈ, ਉਹ ਆਪਣੇ ਪਤੀ ਤੋਂ ਬਗੈਰ ਕਿਸੇ ਹੋਰ ਬਾਰੇ ਨਹੀਂ ਸੁਣਦੀ ਜੀ। ਉਹਨੂੰ ਸਾਰੇ ਜਗਤ ਵਿੱਚੋਂ ਉਹਦਾ ਪਤੀ ਵਧੀਆ ਲੱਗਦਾ ਜੀ। ਮਹਾਰਾਜ ਦਸਵੇਂ ਪਾਤਸ਼ਾਹ ਦਾ ਸਿੱਖ, ਸੱਚੇ ਪਾਤਸ਼ਾਹ ਕੋ ਆਉਂਦਿਆਂ ਆਨੰਦਪੁਰ ਸਾਹਿਬ, ਅਤੇ ਠੰਡ ਦਾ ਸਮਾਂ ਜੀ, ਬੜੇ ਧਿਆਨ ਨਾਲ ਗੱਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਠੰਡ ਦਾ ਸਮਾਂ, ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਉਂਦਿਆਂ ਦੋ ਦੇ ਪੁੱਤ, ਇੱਕ ਉਹਦੀ ਘਰਵਾਲੀ, ਚਾਰ ਜਣੇ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆ ਰਹੇ। ਅਤੇ ਪਤਾ ਕੀ ਬਣਿਆ ਜੀ, ਰਸਤੇ ਵਿੱਚ ਨਹਿਰ ਪਾਰ ਕਰਨੀ ਸੀਗੀ ਜੀ, ਅਤੇ ਸਿੱਖ ਨੇ ਨਾ ਆਪਣੇ ਪੁੱਤਾਂ ਨੂੰ ਇੰਜ ਚੁੱਕਿਆ ਜੀ, ਅਤੇ ਘਰਵਾਲੀ ਕਹਿੰਦੀ ਹੈ ਵੀ ਪਤੀ ਜੀ, ਨਹਿਰ ਦਾ ਪਾਣੀ ਬੜੀ ਤੇਜ਼ ਵਗ ਰਿਹਾ, ਅਤੇ ਪੁੱਤਾਂ ਨੂੰ ਧਿਆਨ ਨਾਲ ਪਾਰ ਕਰਿਓ, ਮੇਰੇ ਲਾਲਾਂ ਵਾਲੇ ਨੇ ਦਿੱਤੇ ਹੈ। ਆ ਇੱਕ ਇਸਲਾਮ ਧਰਮ ਦਾ ਲਾਲਾਂ ਵਾਲਾ ਹੈ ਕੋਈ ਪੀਰ ਜੀ। ਸਿੱਖ ਕਹਿੰਦਾ ਵੀ ਲਾਲਾਂ ਵਾਲੇ ਨੇ ਥੋੜ੍ਹੀ ਦਿੱਤੇ ਹੈ, ਇਹ ਪੁੱਤ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੇ ਹੈ। ਉਹ ਕਹਿੰਦੀ ਨਹੀਂ ਨਹੀਂ, ਇਹ ਪੁੱਤ ਲਾਲਾਂ ਵਾਲੇ ਨੇ ਦਿੱਤੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਹੀਂ ਦਿੱਤੇ। ਅਤੇ ਪਿਆਰਿਓ, ਸਿੱਖ ਨੇ ਕਿਹਾ ਅੱਛਾ, ਜੇ ਲਾਲਾਂ ਵਾਲੇ ਨੇ ਦਿੱਤੇ ਹੈ, ਆ ਪਏ ਫਿਰ ਨਹਿਰ 'ਚ। ਕਹਿੰਦਾ ਪੁੱਤ ਨਹਿਰ 'ਚ ਸੁੱਟਦੇ ਜੀ, ਦੋਵੇਂ ਆ ਪਏ ਹੀ ਫਿਰ ਨਹਿਰ 'ਚ। ਉਹ ਰੋਵੇ, ਕਹਿੰਦਾ ਜੇ ਤੇ ਹੋਊ ਲਾਲਾਂ ਵਾਲੇ ਦੇ, ਅਤੇ ਲਾਲਾਂ ਵਾਲਾ ਬਚਾਲੂ, ਅਤੇ ਜੇ ਕਲਗੀ ਧਰ ਦਸਵੇਂ ਪਾਤਸ਼ਾਹ ਦੇ ਹੋਏ, ਤਾਂ ਦਸਵੇਂ ਪਾਤਸ਼ਾਹ ਬਚਾ ਲੈਣਗੇ। ਗੱਜ ਕੇ ਆਖੋ, ਛੋਟੇ ਸਨ ਪੁੱਤ ਜੀ, ਬੜੇ ਸੋਹਣੇ ਗੋਲ ਮਟੋਲ ਬੱਚੇ, ਬੜੇ ਫੱਬਣ,
ਆ ਬੱਚੇ ਚੁੱਕਣ ਦਾ ਰਿਵਾਜ਼ ਜਾਂ ਇੱਥੇ ਚੱਲਿਆ ਤਾਂ ਕਿਵੇਂ ਮਾਂ ਪਿਓ ਨੂੰ ਭਾਜੜਾਂ ਪਈਆਂ ਜੀ। ਉਹਨਾਂ ਨੇ ਉਹਨੇ ਸਿੱਖ ਨੇ ਬੱਚੇ ਨਹਿਰ 'ਚ ਹੀ ਸੁੱਟ ਤੇ ਵੀ ਮੈਨੂੰ ਨਹੀਂ ਚਾਹੀਦੇ, ਫਿਰ ਮੈਨੂੰ ਤਾਂ ਉਹ ਬੱਚੇ ਚਾਹੀਦੇ ਜਿਹੜੇ ਮੇਰੇ ਗੁਰੂ ਨੇ ਦਿੱਤੇ ਹੈ, ਮੈਨੂੰ ਤਾਂ ਉਹ ਚਾਹੀਦੇ, ਮੈਨੂੰ ਕਿਸੇ ਹੋਰ ਦੇ ਨਹੀਂ ਚਾਹੀਦੇ, ਕਿਉਂ ਮੈਂ ਆਪਣੇ ਪੁੱਤਾਂ ਨੂੰ ਗੁਰੂ ਦੇ ਸਿੱਖ ਬਣਾਉਣਾ। ਪਿਆਰੇ ਉਹ ਬੀਬੀ ਰੋਵੇ ਉੱਥੇ ਮਾਰੇ ਚੀਕਾਂ, ਕਿਹੜਾ ਮਾੜਾ ਸਮਾਂ ਸੀਗਾ ਜਦੋਂ ਮੈਂ ਇਹ ਗੱਲ ਆਪਣੇ ਮੂੰਹ ਤੋਂ ਕਹਿ ਬੈਠੀ। ਸਿੱਖ ਕਹਿੰਦਾ ਵੇਖ ਲਾਂਗੇ, ਜੇ ਲਾਲਾਂ ਵਾਲੇ ਦੇ ਹੋਏ ਲਾਲਾਂ ਵਾਲਾ ਬਚਾ ਲੂ, ਅਤੇ ਜੇ ਦਸਵੇਂ ਪਾਤਸ਼ਾਹ ਦੇ ਹੋਏ ਦਸਵੇਂ ਪਾਤਸ਼ਾਹ ਬਚਾ ਲੈਣਗੇ। ਆ ਗਏ ਜੀ ਅਨੰਦਪੁਰ ਸਾਹਿਬ, ਸਵੇਰ ਦਾ ਦੀਵਾਨ ਸੱਜਿਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਸਵੇਰ ਦਾ ਦੀਵਾਨ ਸੱਜਿਆ ਅਤੇ ਮਹਾਰਾਜ ਨੇ ਛੋਟਾ ਦਸਤਾਰਾ ਸਜਾਇਆ ਅਤੇ ਲੋਈ ਦੀ ਬੁੱਕਲ ਮਾਰੀ ਮਹਾਰਾਜ ਨੇ ਜੀ, ਲੋਹੇ ਦੀ ਬੁੱਕਲ ਮਾਰੀ ਦਸਵੇਂ ਪਾਤਸ਼ਾਹ ਨੇ, ਦਰਬਾਰ ਸੱਜਿਆ ਜੀ, ਸਿੱਖ ਵੀ ਪਹੁੰਚ ਗਿਆ ਅਤੇ ਸਿੱਖਣੀ ਵੀ ਪਹੁੰਚੀ। ਹੁਣ ਉਹ ਰੋਵੇ ਰੋਵੇ ਵੀ ਮੇਰੇ ਪੁੱਤ ਮਰ ਗਏ, ਰੁੜ ਗਏ, ਪਤਾ ਹੀ ਨਹੀਂ ਕਿੱਥੇ ਚਲੇ ਗਏ। ਅਤੇ ਸਿੱਖ ਵੀ ਹੇਠਾਂ ਮੁੱਖ ਕਰਕੇ ਬੈਠਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਕੀਰਤਨ ਸੁਣਨ ਦੇ ਅਤੇ ਥੋੜ੍ਹਾ ਥੋੜ੍ਹਾ ਦਾੜਾ ਹਿੱਲਣ ਦਿਆ ਮਹਾਰਾਜ ਦਾ ਜੀ, ਦਸਵੇਂ ਪਾਤਸ਼ਾਹ ਦਾ। ਜਦੋਂ ਹਵਾ ਵਗਦੀ ਦਾੜਾ ਇੱਧਰ ਨੂੰ ਉੱਡਦਾ, ਮਹਾਰਾਜ ਦਾ ਦਾੜਾ ਹਿੱਲਣ ਦਿਆ ਜੀ। ਬੜਾ ਸੁਹਾਵਣਾ ਸਮਾਂ ਬਣਿਆ, ਸਾਰੇ ਆਨੰਦ ਵਿੱਚ ਨੇ, ਕੀਰਤਨ 'ਚ ਝੂਮ ਰਹੇ ਹੈ, ਬੜੇ ਸੋਹਣੇ ਸ਼ਬਦ ਲੱਗੇ ਹੈ। ਪਿਆਰਿਓ ਸਿੱਖਣੀ, ਉਹ ਸਿੱਖ ਦੀ ਜਿਹੜੀ ਘਰਵਾਲੀ ਹੈ, ਉਹ ਹੇਠਾਂ ਮੁੱਖ ਕਰਕੇ ਰੋਂਦੀ ਹੈ, ਕਿਹੜਾ ਮਾੜਾ ਸਮਾਂ ਸੀ ਜਦੋਂ ਮੈਂ ਇਹ ਗੱਲ ਕਹਿਤੀ, ਆਈ ਤੇ ਪੁੱਤਾਂ ਦੇ ਨਾਲ ਸਾਂ ਪਰ ਜਾਵਾਂਗੀ ਉਵੇਂ ਹੀ ਵਾਪਸ। ਤੇ ਮਹਾਰਾਜ ਲੋਈ ਦੀ ਬੁੱਕਲ ਮਾਰੀ, ਬੜੇ ਪਿਆਰ ਨਾਲ ਕੀਰਤਨ ਸੁਣਨ ਦੇ, ਸਿੱਖ ਦਾ ਮੂੰਹ ਹੇਠਾਂ ਨੂੰ। ਪਿਆਰਿਓ ਜਦੋਂ ਸਾਰੀਆਂ ਸੰਗਤਾਂ ਉੱਠੀਆਂ ਤੇ ਦੋਵੇਂ ਜੀ ਮੱਥਾ ਟੇਕਣ ਵਾਸਤੇ ਅੱਗੇ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਈ ਦੀ ਬੁੱਕਲ ਖੋਲ੍ਹੀ। ਜਦੋਂ ਲੋਈ ਦੀ ਬੁੱਕਲ ਖੋਲ੍ਹੀ, ਇੱਕ ਪੁੱਤ ਇੱਧਰ ਬੈਠਾ ਅਤੇ ਇੱਕ ਇੱਧਰ ਬੈਠਾ ਜੀ। ਹਾਂਜੀ, ਇੱਕ ਇਸ ਗੋਡੇ 'ਤੇ ਮਹਾਰਾਜ ਦੇ ਬੈਠਾ, ਇੱਕ ਇਸ ਗੋਡੇ 'ਤੇ, ਜਿਵੇਂ ਬੁੱਕਲ 'ਚ ਬੱਚੇ ਲੁਕਾਉਣ ਲਈ ਦੇ ਜੀ। ਅਤੇ ਮਹਾਰਾਜ ਕਹਿੰਦੇ ਲੈ ਲਾ ਸਿੱਖਾ, ਪੁੱਤ ਲੈ ਜਾ ਆਪਣੇ। ਕਹਿੰਦਾ ਸੁਣ ਲਾ, ਪੁੱਤ ਲਾਲਾਂ ਵਾਲੇ ਦੇ ਨਹੀਂ, ਪੁੱਤ ਦਸਵੇਂ ਪਾਤਸ਼ਾਹ ਦੇ ਹੀ ਨੇ। ਗੱਜ ਕੇ ਆਖੋ ਵਾਹਿਗੁਰੂ, ਇਹ ਮੇਰੇ ਗੁਰੂ ਦੇ ਹੀ ਨੇ। ਇੰਨੀ ਸ਼ਰਧਾ ਚਾਹੀਦੀ, ਇੰਨੀ ਭਾਵਨਾ ਚਾਹੀਦੀ, ਬੜੀ ਵੱਡੀ ਗੱਲ ਹੈ। ਕੌਣ ਆਪਣੇ ਪੁੱਤਾਂ ਨੂੰ ਨਹਿਰ 'ਚ ਸੁੱਟ ਦਿੰਦਾ? ਸੁੱਟਦਾ ਕੋਈ ਜੀ? ਕੋਈ ਨਹੀਂ ਸੁੱਟਦਾ ਜੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਿਵ ਨਾਭ, ਗੱਲ ਧਿਆਨ ਨਾਲ ਸੁਣ ਲੈ, ਸਤਵਾਂ ਨੇਮ ਇਹ ਰੱਖਣਾ, ਗੁਰੂ ਸਿਧਾਂਤ ਬਿਨਾਂ ਜੋ ਆਨਾ। ਗੁਰੂ ਸਾਹਿਬ ਦੇ ਸਿਧਾਂਤ ਵਿੱਚ ਜਿਹੜੇ ਬਚਨ ਹੈ ਉਹ ਤਾਂ ਸੁਣਨੇ ਹੈ, ਜਿਹੜੇ ਗੁਰੂ ਦੇ ਨਾਲ ਬਚਨ ਮੇਲ ਨਹੀਂ ਖਾਂਦੇ ਉਹ ਸੁਣਨੇ ਹੀ ਨਹੀਂ ਜੀ, ਉਹ ਸੁਣਨੇ ਹੀ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਬਚਨ ਨਹੀਂ ਮੇਲ ਖਾਂਦੇ, ਕੱਚੇ ਨੇ ਸਾਰੇ ਜੀ, ਉਹ ਕੱਚੀ ਬਾਣੀ ਹੈ ਜੀ ਸਾਰੀ। ਸਪਤਮ ਪੜੈ ਸੁਨੇ ਜਿਹ ਰੀਤੀ, ਵਰਤੇ ਤੇਹ ਅਨੁਸਾਰ ਸਪ੍ਰੀਤੀ। ਮਹਾਰਾਜ ਕਹਿੰਦੇ ਸਤਵਾਂ ਨੇਮ ਇਹ ਰੱਖਣਾ, ਜੋ ਪੜਿਆ ਸੁਣਿਆ ਆਪਣੀ ਜ਼ਿੰਦਗੀ ਨੂੰ ਉਹਦੇ ਅਨੁਸਾਰ ਬਤੀਤ ਕਰਨਾ ਹੈ ਜੀ। ਜੋ ਪੜਿਆ ਸੁਣਿਆ, ਹੁਣ ਪੜਿਆ ਸੁਣਿਆ ਤੇ ਬੜਾ ਕੁਝ ਹੈ, ਤੇ ਹਉਮੈ ਈਰਖਾ ਹੰਕਾਰ ਉੱਥੇ ਹੀ ਹੈ ਜੀ, ਉਹ ਸਾਰਾ ਕੁਝ ਉੱਥੇ ਹੀ ਖਲੋਤਾ ਜੀ, ਫਰਕ ਹੀ ਨਹੀਂ ਪਿਆ ਕੋਈ। ਹਾਂਜੀ, ਬਿਨਾਂ ਦੰਬ ਗੁਰ ਸ਼ਬਦ ਕਮਾਵਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨੀ, ਪਰ ਇਸ ਕੰਮ 'ਚ ਪਖੰਡ ਨਹੀਂ ਹੋਣਾ ਚਾਹੀਦਾ, ਕੋਈ ਪਖੰਡ ਨਹੀਂ ਹੋਣਾ ਚਾਹੀਦਾ। ਹਾਂਜੀ, ਕਰਹਿ ਸਦਾ ਹੋਵੇ ਤਨ ਮਨ ਪਾਵਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਪਖੰਡ ਤੋਂ ਬਗੈਰ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਨਾ,
ਮਹਾਰਾਜ ਕਹਿੰਦੇ ਉਹਦਾ ਤਨ ਵੀ ਪਵਿੱਤਰ ਹੋ ਜਾਂਦਾ ਤੇ ਉਹਦਾ ਮਨ ਵੀ ਪਵਿੱਤਰ ਹੁੰਦਾ ਹੈ। ਹਾਂਜੀ ਅਸ਼ਟਮ ਬ੍ਰਿਤ ਸ਼ਾਂਤ ਕੀ ਰੱਖ ਨਿਵ ਚੱਲਣਾ ਮਧੁਰੀ ਮੁਖ ਭਾਖੇ। ਤੇ ਅੱਠਵੀਂ ਬ੍ਰਿਤੀ ਕੀ ਹੈ, ਅੱਠਵਾਂ ਨੇਮ ਕੀ ਹੈ? ਮਹਾਰਾਜ ਕਹਿੰਦੇ ਅੱਠਵਾਂ ਨੇਮ ਇਹ ਰੱਖਣਾ ਵੀ ਮੁਖੋਂ ਜਦੋਂ ਬੋਲਣਾ ਨਾ ਮਿੱਠਾ ਹੀ ਬੋਲਣਾ ਹੈ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਤੇ ਮੈਂ ਕਈ ਬੰਦਿਆਂ ਨੂੰ ਵੇਖਿਆ ਐਵੇਂ ਹੀ ਕੌੜਾ ਬੋਲੀ ਜਾਂਦੇ ਜੀ, ਬਿਨਾਂ ਕਿਸੇ ਕਾਰਨ ਤੋਂ ਹੀ ਜੀ, ਗੱਲ ਕੋਈ ਵੀ ਨਹੀਂ ਜੀ, ਐਵੇਂ ਬੋਲੀ ਜਾਣਾ ਨਜਾਇਜ਼ ਜੀ, ਜੀ ਕੌੜਾ ਬੋਲਣਾ। ਹੁਣ ਇੱਥੇ ਆਖੇ ਵੀ ਮੈਂ ਲਿਖੀ ਪੋਥੀ ਦੀ ਹੈ। ਹਾਂਜੀ ਇਹ ਤੇ ਜੋ ਮਹਾਰਾਜ ਸਾਹਿਬ ਨੇ ਉਚਾਰਿਆ ਭਾਈ ਸਾਹਿਬ ਨੇ ਲਿਖਿਆ ਜੀ। ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹੈ ਮਨਸੁਖ ਵਾਹਿਗੁਰੂ ਰਾਜੇ ਸ਼ਿਵ ਨਾਮ ਨੂੰ ਇੱਕ ਗੱਲ ਪੱਕੀ ਨੇਮ ਰੱਖ ਲਾ, ਕੌੜਾ ਨਹੀਂ ਬੋਲਣਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀ ਹੈ ਫਿੱਕੋ ਫਿੱਕੀ ਸੋਏ। ਉਸ ਬੰਦੇ ਦੀ ਸ਼ੋਭਾ ਫਿੱਕੀ ਹੋ ਜਾਂਦੀ ਜਿਹੜਾ ਫਿੱਕਾ ਬੋਲਦਾ ਜੀ। ਹਾਂਜੀ ਜਦੋਂ ਬੰਦਾ ਕੌੜਾ ਬੋਲਦਾ ਨਾ ਉਹਦੇ ਮੂੰਹ ਵੱਲ ਵੇਖਿਆ ਕਰੋ, ਭੂਤ ਹੀ ਲੱਗਦਾ ਜੀ, ਭੂਤ ਹੀ ਲੱਗਦਾ ਜੀ, ਚਿਹਰਾ ਭਿਆਨਕ ਹੋ ਜਾਂਦਾ ਜੀ, ਚਿਹਰਾ ਬੜਾ ਭਿਆਨਕ ਹੋ ਜਾਂਦਾ, ਮਿੱਠਾ ਬੋਲਣ ਵਾਲੇ ਦਾ ਚਿਹਰਾ ਵੀ ਖਿੜਿਆ ਰਹਿੰਦਾ ਜੀ, ਐਂ ਆਨੰਦ ਵਿੱਚ ਚਿਹਰਾ ਖਿੜਿਆ ਰਹਿੰਦਾ। ਅਤੇ ਜਿਹੜਾ ਮਾੜਾ ਫਿੱਕਾ ਬੋਲਦਾ ਨਾ ਜੀ ਉਹਦਾ ਚਿਹਰਾ ਵੀ ਭਿਆਨਕ ਹੋ ਜਾਂਦਾ, ਮਨ 'ਤੇ ਭਿਆਨਕ ਬਣਿਆ ਹੀ ਹੁੰਦਾ ਨਾ ਜੀ। ਮਹਾਰਾਜ ਕਹਿੰਦੇ ਸੁਣ ਲਾ ਸ਼ਿਵ ਨਾਮ ਫਿੱਕਾ ਨਹੀਂ ਬੋਲਣਾ, ਇਹ ਨੇਮ ਰੱਖ ਲਾ, ਕੌੜਾ ਨਹੀਂ ਬੋਲਣਾ ਫਿੱਕਾ ਨਹੀਂ ਬੋਲਣਾ। ਹਾਂਜੀ ਨਵੋਂ ਨੇਮ ਪਾਠ ਜੋ ਕਰਨਾ ਤਹ ਮੈਂ ਅਪਰਨਾ ਬਚਨ ਉਚਰਨਾ। ਨੌਵਾਂ ਨੇਮ ਸੁਣ ਲਾ, ਨੌਵਾਂ ਨੇਮ, ਨੌਵਾਂ ਨੇਮ। ਹੁਣ ਗੱਲਾਂ ਤਾਂ ਚੰਗੀਆਂ ਨੇ ਜੇ ਸਾਧ ਸੰਗਤ ਦੀ ਅਪਣਾ ਲਈਏ, ਇਹ ਗੱਲਾਂ ਮੈਂ ਤੇਜ਼ ਤੇਜ਼ ਬੋਲ ਕੇ ਲੰਘੀ ਜਾਵਾਂ ਕੋਈ ਨਹੀਂ ਪਤਾ ਲੱਗਣਾ। ਮਹਾਰਾਜ ਕਹਿੰਦੇ ਨੌਵਾਂ ਨੇਮ ਪਤਾ ਕੀ ਹੈ, ਜਦੋਂ ਪਾਠ ਕਰਨਾ ਵਿੱਚ ਗੱਲ ਨਹੀਂ ਕਰਨੀ। ਗੱਜ ਕੇ ਆਖੋ ਵਾਹਿਗੁਰੂ, ਜਦੋਂ ਪਾਠ ਕਰਨਾ ਨਾ ਵਿੱਚ ਗੱਲ ਨਹੀਂ ਕਰਨੀ। ਅਤੇ ਹੇ ਵਾਹਿਗੁਰੂ ਬਖਸ਼ ਲਈ ਜੀ, ਵਿੱਚ ਹੀ ਜਪਜੀ ਸਾਹਿਬ ਦੇ ਵਿੱਚ ਹੀ ਗਾਲਾਂ ਚੱਲਣ ਦੀਆਂ ਹੁੰਦੀਆਂ ਜੀ, ਗੱਲ ਤਾਂ ਛੱਡੋ ਗਾਲਾਂ ਹੁੰਦੀਆਂ ਜੀ, ਗਾਲਾਂ ਜੀ, ਕੌੜਾ ਬੋਲਣਾ ਹੁੰਦਾ ਜੀ। ਸੇਵਾ ਕਰਦਿਆਂ ਕਰਦਿਆਂ ਵੀ ਬੁਰੇ ਹਾਲ ਜੀ। ਆ ਮਸਕੀਨ ਜੀ ਨੇ ਇੱਕ ਸਾਖੀ ਸੁਣਾਈ ਸੀ, ਕਹਿੰਦੇ ਮੈਂ ਮੁੰਬਈ 'ਚ ਕਥਾ ਕਰਨ ਦਿਆਂ ਅਤੇ ਇੱਕ ਸਿੱਖ ਚੌਰ ਸਾਹਿਬ ਕਰਦਾ ਹੁੰਦਾ ਸੀਗਾ ਜੀ, ਉਹਦੀ ਥਾਂ 'ਤੇ ਦੂਜੇ ਬੰਦੇ ਨੇ ਆ ਕੇ ਚੌਰ ਸਾਹਿਬ ਫੜ ਲਈ। ਉਹ ਕਹਿੰਦਾ ਵੀ ਚੌਰ ਸਾਹਿਬ ਦੇ, ਇਹ ਮੇਰੀ ਹੈ, ਇਹ ਟਾਈਮ ਮੇਰਾ, ਇਹਦੇ 'ਤੇ ਅਧਿਕਾਰ ਮੇਰਾ। ਕਹਿੰਦੇ ਉਹ ਦੂਜਾ ਵੀ ਉਹੋ ਜਿਹਾ ਸੀਗਾ, ਉਹਨੇ ਫੜ ਕੇ ਚੌਰ ਸਾਹਿਬ ਉਹਦੇ ਸਿਰ 'ਚ ਹੀ ਮਾਰਤੀ ਵੀ ਲੈ ਲਾ ਚੌਰ ਸਾਹਿਬ। ਅੱਜ ਕੇ ਆਖੋ ਵਾਹਿਗੁਰੂ। ਹੁਣ ਇਹ ਸੇਵਾ ਹੈ ਜੀ, ਕਈ ਵਾਰੀ ਸੁਣੀਦਾ ਵੀ ਕਮਾਲ ਦੀ ਬੱਲਾਂ ਨੇ ਜੀ, ਕਮਾਲ ਦੀਆਂ ਹੀ ਨੇ ਜੀ। ਪਾਠ ਕਰਦੇ ਸਮੇਂ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਚਨ ਨਹੀਂ ਕਰਨਾ ਜੀ, ਬਚਨ ਨਹੀਂ ਕਰਨਾ। ਪਿਆਰਿਓ ਗੁਰਬਾਣੀ ਦਾ ਪਾਠ ਛੱਡ ਕੇ ਜਦੋਂ ਵਿੱਚ ਗੱਲਾਂ ਕਰਨ ਲੱਗ ਪੈਂਦੇ ਹੈ ਨਾ, ਇਹ ਗੁਰਬਾਣੀ ਦੇ ਪਾਠ ਦੀ ਨਿਰਾਦਰੀ ਹੁੰਦੀ ਹੈ ਜੀ। ਬਾਬਾ ਠਾਕੁਰ ਸਿੰਘ ਜੀ ਬੈਠੇ ਹੁੰਦੇ ਸੀਗੇ ਅਤੇ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਰਹਿੰਦਾ ਸੀ ਲਾਗੇ ਜੀ। ਇੱਕ ਸਿੰਘ ਨੂੰ ਉੱਚੀ ਥਾਂ 'ਤੇ ਬਿਠਾ ਕੇ ਨਾ ਅਤੇ ਮਹਾਂਪੁਰਖ ਪਾਠ ਸੁਣਦੇ ਰਹਿੰਦੇ ਹੁੰਦੇ ਸੀਗੇ ਜੀ। ਅਤੇ ਦੋ ਬੰਦੇ ਆਏ ਜੀ ਮਹਾਂਪੁਰਖ, ਬੜੀ ਜ਼ਰੂਰੀ ਗੱਲ ਕਰਨੀ ਹੈ, ਬੜੀ ਜ਼ਰੂਰੀ ਗੱਲ ਕਰਨੀ ਹੈ। ਅਤੇ ਬਾਬਾ ਜੀ ਹੋਣੀ ਕਹਿਣ ਲੱਗੇ ਵੀ ਜੇ ਸੁਖਮਨੀ ਸਾਹਿਬ ਤੋਂ ਵੀ ਉੱਤੇ ਤੁਹਾਡੀ ਗੱਲ ਹੈਗੀ ਤਾਂ ਸੁਣਾ ਦਿਓ। ਕਹਿੰਦੇ ਹੁਣ ਬਾਣੀ ਤੋਂ ਉੱਤੇ ਕੀ ਗੱਲ ਹੋਣੀ ਹੈਗੀ ਜੀ, ਬਾਣੀ ਤੋਂ ਉੱਤੇ ਤਾਂ ਕੋਈ ਗੱਲ ਨਹੀਂ ਹੈਗੀ ਜੀ। ਹਾਂਜੀ ਕਹਿੰਦੇ ਇਹਦੇ ਤੋਂ ਵੀ ਜ਼ਰੂਰੀ, ਇਹਦੇ ਤੋਂ ਵੀ ਉੱਚੀ ਗੱਲ ਤੁਹਾਡੇ ਕੋਲ ਹੈਗੀ ਤਾਂ ਸੁਣਾ ਦਿਓ। ਉਹ ਬੰਦੇ ਚੁੱਪ ਹੋ ਗਏ ਜੀ। ਅਤੇ ਮਾਫ ਕਰਿਓ ਆਪਣਾ ਸਰਦਾ ਨਹੀਂ ਬੋਲਣ ਤੋਂ ਬਗੈਰ, ਵਿੱਚ ਬੋਲਣ ਤੋਂ ਬਗੈਰ ਸਰਦਾ ਨਹੀਂ ਜੀ। ਮਹਾਰਾਜ ਕਿਰਪਾ ਕਰਨ, ਜਿਵੇਂ ਅਖੰਡ ਪਾਠ ਸਾਹਿਬ ਹੁੰਦਾ ਨਾ ਇੱਕ ਰਸ ਲਗਾਤਾਰ, ਨਿਤਨੇਮ ਵੀ ਐਵੇਂ ਹੀ ਕਰਨਾ ਚਾਹੀਦਾ। ਉਹ ਅੱਧਾ ਪੌਣਾ ਘੰਟਾ ਤਾਂ ਨਿਤਨੇਮ ਕਰਨਾ ਜੀ, ਉਹਦੇ ਵਿੱਚ ਵੀ 50 ਜਣਿਆਂ ਨਾਲ ਗੱਲਾਂ ਕਰੀ ਜਾਣੀਆਂ ਜੀ।
ਅਤੇ ਇੱਕ ਹੋਰ ਕੰਮ ਚੱਲਿਆ ਅੱਜ ਕੱਲ੍ਹ ਜੀ, ਕਿਉਂ ਮੈਂ ਵੇਖਦਾ ਰਹਿੰਦਾ ਜੀ ਬੜਾ ਕੁਝ, ਇੱਕ ਬੰਨੇ ਮੂੰਹ 'ਚ ਨਿਤਨੇਮ, ਹੱਥ 'ਚ ਮੋਬਾਈਲ ਅਤੇ ਫੇਸਬੁੱਕ ਚੱਲ ਰਹੀ ਹੁੰਦੀ ਜੀ, ਅਤੇ ਮੂੰਹ 'ਚ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੁੰਦਾ ਜੀ। ਹਾਂਜੀ, ਨਾ ਵਿਚਾਰੀ ਫੇਸਬੁੱਕ ਵੱਲ ਹੀ ਧਿਆਨ ਪੂਰਾ ਚੰਗੀ ਤਰ੍ਹਾਂ ਜਾਣਾ ਅਤੇ ਨਾ ਜਪਜੀ ਸਾਹਿਬ ਵੱਲ ਹੀ ਜਾਣਾ ਜੀ। ਦੁਬਾਰਾ ਪੰਕਤੀ ਪੜ੍ਹੋ। ਹਾਂਜੀ, ਨਵਮੋ ਨੇਮ ਪਾਠ ਜੋ ਕਰਨਾ। ਨੌਵਾਂ ਮਹਾਰਾਜ ਕਹਿੰਦੇ ਨੇਮ ਇਹ ਹੈ ਵੀ ਜਿਹੜਾ ਰੋਜ਼ ਤੁਸੀਂ ਨਿਤਨੇਮ ਕਰਨਾ, ਜਿਹੜਾ ਪਾਠ ਕਰਨਾ ਰੋਜ਼। ਹਾਂਜੀ, ਤਹ ਮੈਂ ਅਪਰ ਨਾ ਬਚਨ ਉਚਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਪਾਠ ਦੇ ਵਿੱਚ ਹੋਰ ਕੋਈ ਗੱਲਬਾਤ ਨਹੀਂ ਕਰਨੀ, ਕਹਿੰਦੇ ਹੋਰ ਕੋਈ ਗੱਲਬਾਤ ਨਹੀਂ ਕਰਨੀ, ਪਾਠ ਸਮੇਂ ਕੇਵਲ ਪਾਠ ਕਰਨਾ, ਉਦੋਂ ਹੋਰ ਕੋਈ ਗੱਲ ਨਹੀਂ ਕਰਨੀ। ਹਾਂਜੀ, ਦਸਵੇਂ ਹੋਮ ਅਗਨ ਜੋ ਕਰਹੀ। ਇਸੇ ਕਰਕੇ ਮੈਂ ਵੇਖਿਆ, ਵਾਹਿਗੁਰੂ ਸੁਣਿਆ, ਕਹਿੰਦੇ ਬਾਬਾ ਈਸ਼ਰ ਸਿੰਘ ਜੀ ਗੁਰਮੁਖ ਪਿਆਰੇ ਮਹਾਂਪੁਰਖ ਕੁੰਡੀ ਲਾ ਕੇ ਨਿਤਨੇਮ ਕਰਦੇ, ਕੋਈ ਨਾ ਕੋਈ ਗੱਲ ਕਰਾਉਣ ਵਾਲਾ ਆ ਜਾਂਦਾ ਸੀਗਾ ਜੀ, ਕੋਈ ਨਾ ਕੋਈ ਗੱਲ ਕਰਾਉਣ ਵਾਲਾ ਆ ਜਾਂਦਾ ਸੀਗਾ ਜੀ। ਗੁਰਬਾਣੀ ਤੋਂ ਉੱਤੇ ਕੁਝ ਨਹੀਂ ਹੈਗਾ, ਜਦੋਂ ਗੁਰਬਾਣੀ ਪੜ੍ਹ ਰਹੇ ਫਿਰ ਗੁਰਬਾਣੀ ਪੜ੍ਹਨੀ ਹੈ, ਫਿਰ ਗੁਰਬਾਣੀ ਪੜ੍ਹਨੀ ਹੈ। ਅਤੇ ਜਿਹੜੇ ਸੁਸਾਇਟੀਆਂ ਵਾਲੇ ਵੀਰ ਨੇ ਜੀ, ਹਾਂਜੀ, ਉਹ ਬੜੇ ਧਿਆਨ ਨਾਲ ਸੁਣਨ। ਐਂਡ ਚੌਪ ਹੱਥ 'ਚ ਸੁਖਮਣੀ ਸਾਹਿਬ ਦਾ ਗੁਟਕਾ ਸਾਹਿਬ, ਅਤੇ ਇੱਕ ਹੱਥ ਪੈਰ ਨੂੰ ਫੇਰਨ ਦੇ ਹੁੰਦੇ ਜੀ ਆਪਣੇ ਜੀ, ਇੱਕ ਹੱਥ ਪੈਰ 'ਤੇ ਅਤੇ ਇੱਕ ਹੱਥ ਵਿੱਚ ਗੁਟਕਾ ਸਾਹਿਬ। ਉਹ ਜਦੋਂ ਐਂ ਖੁਰਕ ਖਰਕ ਕੇ ਹਟ ਜਾਂਦੇ ਹੈ ਫਿਰ ਗੁਟਕਾ ਸਾਹਿਬ ਤੋਂ ਅੰਗ ਪਰਤਦੇ ਹੈ ਜੀ। ਬੜੀ ਵੱਡੀ ਬੇਦਬੀ ਜੀ, ਬੜੀ ਵੱਡੀ ਬੇਦਬੀ ਜੀ, ਇਹਦਾ ਬੜਾ ਧਿਆਨ ਰੱਖਣਾ ਹੈ। ਹਾਂਜੀ, ਸੁਰ ਪਰਸੰਨ ਹਿਤ ਮਨਸਾ ਧਰਹੀ। ਮਹਾਰਾਜ ਕਹਿੰਦੇ ਸ਼ਿਵਨਾਭ, ਕੁਝ ਬੰਦੇ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਜੱਗ ਕਰਦੇ ਹੈ, ਜੱਗ ਕਰਦੇ ਹੈ, ਅੱਗ ਹਮਨ ਬਾਲਦੇ ਹੈ, ਅੱਗ ਲਾਉਂਦੇ ਹੈ, ਵਿੱਚ ਅਹੁਤੀ ਪਾਉਂਦੇ ਹੈ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ। ਹਾਂਜੀ, ਸਿੱਖ ਸ਼ੁਦਾ ਤੁਰ ਕੇ ਮੁਖ ਪਾਵਨ। ਸਿੱਖ ਦਾ ਜੱਗ ਕਰਨਾ ਕੀ ਹੈ? ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਫਿਰ ਆਖੋ ਵਾਹਿਗੁਰੂ। ਸਿੱਖ ਦਾ ਜੱਗ ਕਰਨਾ ਕੀ ਹੈ? ਕਿਸੇ ਭੁੱਖੇ ਸਿੱਖ ਨੂੰ ਵੇਖਣਾ ਪੈਂਦਾ। ਹਾਂਜੀ, ਬ੍ਰਹਮ ਹੋਮ ਇਹ ਭਲੋ ਸੁਹਾਵਨ। ਭੁੱਖਾ ਸਿੱਖ ਵੇਖ ਕੇ ਉਹਨੂੰ ਹੱਥ ਜੋੜ ਕੇ ਬੇਨਤੀ ਕਰਕੇ ਪ੍ਰਸ਼ਾਦਾ ਛਕਾਉਣਾ ਬ੍ਰਹਮ ਭੋਜ ਹੈ, ਬ੍ਰਹਮ ਭੋਜ, ਬ੍ਰਹਮ ਭੋਜ ਹੈ। ਤੁਸੀਂ ਕਥਾ ਸੁਣੀ ਨਾ ਜੀ ਭਾਈ ਲਾਲੋ ਦੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਮਹਾਰਾਜ ਕਹਿੰਦੇ ਲਾਲੋ ਦੇ ਘਰ ਵਿੱਚ ਰੋਜ਼ ਹੀ ਬ੍ਰਹਮ ਭੋਜ ਹੁੰਦਾ ਜੀ। ਹਾਂਜੀ, ਅਤੇ ਮਲਕ ਭਾਗੋ ਦੇ ਘਰ ਵਿੱਚ ਪਾਪ ਹੁੰਦਾ ਜੀ। ਲਾਲੋ ਗਰੀਬ ਸਿੱਖ ਹੈ ਪਰ ਦੂਜੇ ਸਿੱਖ ਨੂੰ ਪ੍ਰਸ਼ਾਦਾ ਛਕਾਉਂਦਾ। ਇੱਕ ਬੰਦੇ ਨੂੰ ਪ੍ਰਸ਼ਾਦਾ ਛਕਾਉਣਾ ਤਾਂ ਸਾਡੇ ਵਾਸਤੇ ਵੱਡੀ ਗੱਲ ਨਹੀਂ ਹੈਗੀ ਜੀ। ਇਹੋ ਜਿਹੇ ਵੀ ਰੱਬ ਦੇ ਪਿਆਰੇ ਹੋਏ ਹੈ, ਦੋ ਪ੍ਰਸ਼ਾਦੇ ਹੁੰਦੇ ਹੀ ਛਕਣ ਵਾਸਤੇ, ਇੱਕ ਆਪ ਛਕਣਾ ਅਤੇ ਇੱਕ ਦੂਜੇ ਨੂੰ ਛਕਾ ਦੇਣਾ ਜੀ। ਅਤੇ ਕਿਸੇ ਨੇ ਪੁੱਛਿਆ ਬਾਬਾ ਜੀ ਕਿਵੇਂ ਗੁਜ਼ਾਰਾ ਚੱਲਦਾ? ਕਹਿੰਦੇ ਇੱਕ ਖਾ ਲੈਣਾ ਇੱਕ ਖੂਹ 'ਚ ਪਾ ਲੈਣਾ। ਕਹਿੰਦੇ ਜੀ ਪਤਾ ਨਹੀਂ ਲੱਗਾ। ਕਹਿੰਦੇ ਦੋ ਪ੍ਰਸ਼ਾਦੇ ਮਾਈ ਲੈ ਕੇ ਆਉਂਦੀ ਹੈ, ਇੱਕ ਕਿਸੇ ਨੂੰ ਖਵਾ ਦੇਣਾ ਅਤੇ ਇੱਕ ਆਪ ਖਾ ਲੈਣਾ। ਜਿਹੜਾ ਕਿਸੇ ਨੂੰ ਖਾ ਲੈਣਾ ਅਸਲ ਵਿੱਚ ਉਹ ਖਾ ਲੈਣਾ, ਅਤੇ ਜਿਹੜਾ ਆਪ ਖਾਣਾ ਉਹ ਖੂਹ 'ਚ ਪਾਉਣ ਦੇ ਬਰਾਬਰ ਹੀ ਹੈ। ਕਹਿੰਦੇ ਉਹਦਾ ਕੋਈ ਲਾਭ ਨਹੀਂ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਖੂਹ 'ਚ ਪੈ ਗਿਆ ਅਤੇ ਜਿਹੜਾ ਕਿਸੇ ਨੂੰ ਛਕਾਤਾ ਉਹ ਲੱਗ ਗਿਆ। ਮੈਨੂੰ ਕਹਿੰਦੇ ਉਹ ਲੱਗ ਗਿਆ। ਮਹਾਰਾਜ ਕਹਿੰਦੇ ਜਿਹੜਾ ਭੁੱਖੇ ਸਿੱਖ ਨੂੰ ਪ੍ਰਸ਼ਾਦਾ ਛਕਾਉਣਾ ਇਹ ਬ੍ਰਹਮ ਭੋਜ ਦੇ ਬਰਾਬਰ ਹੈ, ਬ੍ਰਹਮ ਭੋਜ ਦੇ। ਹਾਂਜੀ, ਵਾਹਿਗੁਰੂ ਕੋ ਕਰਹੇ ਉਚਾਰਾ। ਅਤੇ ਪ੍ਰਸ਼ਾਦਾ ਛਕਾਉਂਦਿਆਂ ਪਤਾ ਕੀ ਕਰੇ? ਨਾਲ ਆਖੇ ਵਾਹਿਗੁਰੂ 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 ਨਾਲ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਹਿੰਦੇ। ਹਾਂਜੀ, ਤਾਂ ਪਾਛੇ ਮੁਖ ਪਾਏ ਅਹਾਰਾ। ਕਹਿੰਦੇ ਸਭ ਤੋਂ ਵੱਡੀ ਗੱਲ, ਸਿੱਖ ਨੂੰ ਛਕਾ ਕੇ ਫਿਰ ਆਪ ਛਕੇ,
ਬਹੁਤੀ ਵੱਡੀ ਕਿਰਪਾ ਹੋ ਜਾਂਦੀ ਹੈ ਜੀ, ਬਹੁਤੀ ਵੱਡੀ ਕਿਰਪਾ ਹੋ ਜਾਂਦੀ ਹੈ। ਅਤੇ ਗੁਰੂ ਮਿਹਰ ਕਰੇ ਸੰਗਤ ਦੀ ਇਹ ਜੁਗਤੀ ਬਖਸ਼ੇ। ਮਹਾਰਾਜ ਦਾ ਜਿਹੋ ਜਿਹਾ ਘਰ ਹੈ ਉਹੋ ਜਿਹਾ ਸਿੱਖ ਦਾ ਹੀ ਘਰ ਹੋਣਾ ਚਾਹੀਦਾ ਜੀ। ਜੇ ਗੁਰੂ ਦੇ ਘਰੋਂ ਕੋਈ ਭੁੱਖਾ ਨਹੀਂ ਨਾ ਜਾਂਦਾ ਤਾਂ ਪਿਆਰਿਓ ਗੁਰੂ ਦੇ ਸਿੱਖ ਦੇ ਘਰੋਂ ਵੀ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਜੀ। ਜੇ ਸਿੱਖ ਦੇ ਘਰੋਂ ਕੋਈ ਭੁੱਖਾ ਜਾ ਰਿਹਾ ਤਾਂ ਮਾਫ ਕਰਿਓ, ਕਿਸੇ ਦੰਬੀ ਦਾ ਘਰ ਹੋਏਗਾ, ਗੁਰੂ ਦੇ ਸਿੱਖ ਦਾ ਘਰ ਨਹੀਂ ਹੋ ਸਕਦਾ ਜੀ। ਗੁਰੂ ਦੇ ਸਿੱਖ ਦਾ ਨਹੀਂ ਜੇ ਉਹ ਘਰ ਹੋ ਸਕਦਾ। ਮਹਾਰਾਜ ਕਹਿੰਦੇ ਪਹਿਲਾਂ ਦੂਜੇ ਨੂੰ ਛਕਾਉਣਾ ਫਿਰ ਆਪ ਛਕਣਾ। ਹਾਂਜੀ। ਬਦਨ ਦੇਵਤਾ ਪਾਵਕ ਕਹੀਏ, ਸਰਬ ਸੁਰਨ ਕੀ ਜਿਹਵਾ ਲਹੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਿਵ ਨਾਭ ਤੁਹਾਡੇ 'ਚ ਕੀ ਕਰਦੇ ਹੈ, ਉਹ ਅੱਗ ਦੇ ਵਿੱਚ ਜਿਹੜੀ ਅਹੂਤੀ ਪਾਉਂਦੇ ਆ ਨਾ, ਕਹਿੰਦੇ ਦੇਵਤਿਆਂ ਦੇ ਮੂੰਹ ਵਿੱਚ ਪੈ ਰਹੀ ਹੈ ਅਤੇ ਦੇਵਤੇ ਪ੍ਰਸੰਨ ਹੁੰਦੇ ਆ। ਮਹਾਰਾਜ ਕਹਿੰਦੇ ਸਾਡੇ ਦੇਵਤੇ ਕਿਹੜੇ ਆ, ਸਾਡੇ ਦੇਵਤੇ ਨੇ ਸਾਡੇ ਗੁਰੂ ਦੇ ਸਿੱਖ ਕਹਿੰਦੇ। ਗੱਜ ਕੇ ਆਖੋ ਵਾਹਿਗੁਰੂ। ਇਹ ਦੇਵਤੇ ਹੀ ਹੈ, ਉਹ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਗੁਰਮੁਖ ਪਿਆਰੇ, ਉਹਨਾਂ ਦੇ ਅਸਥਾਨ 'ਤੇ ਨਾ ਜੀ ਬੀਬੀਆਂ ਨੇ ਜੋਤਾਂ 'ਚ ਪਾਉਣ ਲਈ ਘਿਓ ਲੈ ਕੇ ਆਉਣਾ, ਜੋਤ 'ਚ ਪਾਉਣ ਨੂੰ ਘਿਓ ਲੈ ਕੇ ਆਉਣਾ, ਅਤੇ ਮਹਾਂਪੁਰਖਾਂ ਨੇ ਬਚਨ ਕਰ ਦੇਣਾ ਵੀ ਇਸ ਜੋਤ 'ਚ ਘਿਓ ਪਾ ਕੇ ਕੀ ਕਰੋਗੀਆਂ, ਆ ਜਿਹੜੀ ਸੰਗਤਾਂ ਨੇ ਇਹ ਜੋਤਾਂ ਜਗਾਓ ਕਹਿੰਦੇ। ਸੰਗਤ ਨੂੰ ਛਕਾਓ ਦੇਸੀ ਘਿਓ, ਇਹ ਜੋਤ ਹੀ ਜਗਨ ਦਈ ਹੈ। ਗੱਜ ਕੇ ਆਖੋ ਵਾਹਿਗੁਰੂ। ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ। ਅੱਜ ਸਭ ਜੋਤਾਂ ਹੀ ਬੈਠੀਆਂ ਸਾਹਮਣੇ, ਸਭ ਜੋਤਾਂ ਹੀ ਬੈਠੀਆਂ ਨੇ। ਤੁਸੀਂ ਇਸੇ ਕਰਕੇ ਵੇਖੋ ਬਹੁਤ ਸਾਰੇ ਗੁਰਮੁਖ ਮਹਾਂਪੁਰਖ ਲੰਗਰ ਬੜਾ ਸਵਾਦ ਛਕਾਉਂਦੇ ਸੀ ਸੰਗਤ ਨੂੰ ਜੀ। ਕਿਉਂ? ਉਹਨਾਂ ਨੂੰ ਪਤਾ ਸੀ ਵੀ ਇਹ ਸਭ ਰੱਬ ਦੀਆਂ ਜੋਤਾਂ। ਉਹ ਬੀਬੀਆਂ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਉਹ ਜੋਤ 'ਚ ਘਿਓ ਪਾ ਤਾ, ਬਲ ਗਿਆ, ਮੁੱਕ ਗਿਆ, ਖਤਮ ਹੋ ਗਿਆ। ਕਹਿੰਦੇ ਪਾਠੀ ਸਿੰਘ ਜੋਤਾਂ ਨੇ, ਗੁਰੂ ਕੀ ਸੰਗਤ ਜੋਤਾਂ ਨੇ, ਇਹਨਾਂ 'ਚ ਘਿਓ ਪਾਓ, ਇਹਨਾਂ ਨੂੰ ਜਗਾਓ, ਇਹਨਾਂ ਨੂੰ ਛਕਾਓ। ਮਹਾਰਾਜ ਕਹਿੰਦੇ ਦੇਵਤਿਆਂ ਅੱਗ 'ਚ ਅਹੁਤੀ ਪਾਉਂਦੇ, ਕਹਿੰਦੇ ਦੇਵਤਿਆਂ ਦੇ ਮੁੱਖ 'ਚ ਗਿਆ। ਮਹਾਰਾਜ ਕਹਿੰਦੇ ਜਿਹੜਾ ਸਿੱਖ ਦੇ ਮੁੱਖ 'ਚ ਪ੍ਰਸ਼ਾਦਾ ਪਾਏਗਾ ਸਿੱਧਾ ਸਾਡੇ ਮੁੱਖ 'ਚ ਆਏਗਾ। ਹਾਂਜੀ। ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ, ਤ੍ਰਿਪਤ ਹੋਏ ਹਰ ਨਾਮ ਉਚਾਰੇ। ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਇਹ ਦਸਵਾਂ ਨੇਮ ਹੈ, ਦਸਵਾਂ ਨੇਮ ਹੈ। ਹੁਣ ਪ੍ਰਸ਼ਾਦਾ ਰੋਜ਼ ਅਸੀਂ ਛਕਦੇ ਹਾਂ, ਜਿੰਨੇ ਬੈਠੇ ਕੋਈ ਹੱਥ ਖੜਾ ਕਰਕੇ ਇਹ ਕਹੇ ਵੀ ਮੈਂ ਨਹੀਂ ਛਕਦਾ ਜੀ, ਛਕਦੇ ਹਾਂ। ਪਰ ਕੋਈ ਵਿਰਲਾ 'ਚ ਜਿਹੜਾ ਇਹ ਯਤਨ ਕਰਦਾ ਵੀ ਕਿਸੇ ਦੂਜੇ ਭੁੱਖੇ ਨੂੰ ਵੀ ਛਕਾ ਦਿਆਂ ਮੈਂ ਜੀ, ਇਹ ਬੜੀ ਵਧੀਆ ਗੱਲ 'ਚ, ਬੜੀ ਵਧੀਆ ਗੱਲ 'ਚ। ਹਾਂਜੀ। ਚੌਪਈ ਦਸ ਪ੍ਰਕਾਰ ਇਹ ਨੇਮ ਗਿਣਾਵਾ। ਇਸ ਤਰੀਕੇ ਨਾਲ 10 ਤਰ੍ਹਾਂ ਦਾ ਨੇਮ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਸ਼ਿਵ ਨਾਭ ਨੂੰ ਦੱਸਿਆ ਜੀ। ਹਾਂਜੀ। ਕਸ਼ਟ ਯੋਗ ਦੁੱਤ ਅੰਗ ਸੁਹਾਵਾ। ਇਹ ਹੱਠ ਯੋਗ ਦਾ ਦੂਸਰਾ ਅੰਗ ਸੀਗਾ ਜੀ, ਹੱਠ ਪਹਿਲਾ ਜੰਮ ਤੇ ਦੂਜਾ ਨੇਮ ਜੀ। ਹਾਂਜੀ। ਅੰਗ ਤੀਸਰੇ ਦੇਸ਼ ਇਕੰਤੇ। ਤੀਸਰਾ ਅੰਗ ਕੀ ਹੈ ਹੱਠ ਯੋਗ ਦਾ? ਉਹ ਹੈ ਇਕਾਂਤ ਵਿੱਚ ਜਾ ਕੇ ਰਹਿਣਾ। ਹਾਂਜੀ। ਨਰ ਬਚ ਸੁਣੀਏ ਨਾ ਤਹਾਂ ਬਸੰਤੇ। ਜਿੱਥੇ ਨਾ ਕੋਈ ਪੁਰਸ਼ ਹੋਵੇ ਨਾ ਕੋਈ ਇਸਤਰੀ ਹੋਵੇ ਉੱਥੇ ਜਾ ਕੇ ਰਹਿਣਾ, ਇਹ ਹੱਠ ਯੋਗ ਹੈ, ਗੁਰਮਤ ਵਾਲਾ ਯੋਗ ਨਹੀਂ ਹੈ। ਗੁਰਮਤ ਦਾ ਯੋਗ ਕੀ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ 'ਚ ਰੱਬ ਵਸਦਾ ਅਤੇ ਸੰਗਤ ਵਿੱਚ ਰਹਿਣਾ। ਜਿਹੜੇ ਹੱਠ ਯੋਗ ਵਾਲੇ ਆ ਤੁਸੀਂ ਵੇਖੋ, ਕਈ ਬ੍ਰਾਹਮਣ ਇਕੱਲੇ ਰਹਿੰਦੇ ਜੀ, ਕਈ ਰਿਸ਼ੀ ਮੁਨੀ ਇਕੱਲੇ ਰਹਿੰਦੇ, ਕਿਸੇ ਨੂੰ ਨਹੀਂ ਮਿਲਦੇ ਸੁਣਦੇ, ਅਤੇ ਜੇ ਕੋਈ ਬੰਦਾ ਉਹਨਾਂ ਦੇ ਸਾਹਮਣੇ ਚਲੇ ਜਾਵੇ ਤਾਂ ਚਿੜਚਿੜੇ ਹੁੰਦੇ ਬੜੇ ਜੀ, ਅੱਗੋਂ ਉੱਡ ਉੱਡ ਕੇ ਪੈਂਦੇ ਜੀ ਸਾਰਿਆਂ ਨੂੰ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਸਾਧ ਪਾਤਸ਼ਾਹ ਮਿਹਰਾਂ ਕਰਨ। ਸ਼ਿਵ ਨਾਭ ਰਾਜੇ ਨੂੰ ਮਹਾਰਾਜ ਉਪਦੇਸ਼ ਦੇ ਰਹੇ ਹੈ। ਅੱਗੋਂ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭਾਈ ਸਾਹਿਬ ਜੀ ਜਰਮਨ ਤੋਂ ਆਏ ਹੈ, ਚਲੇ ਤਾਂ ਇਹਨਾਂ ਨੇ ਜਾਣਾ ਸੀਗਾ, ਪਰ ਹੋ ਸਕਦਾ ਲੇਟ ਹੋ ਗਏ ਹੋਣ, ਫਲਾਈਟ ਦੇ ਹਿਸਾਬ ਨਾਲ ਨਾ ਪਹੁੰਚੇ ਹੋਣ।
ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਮੌਜ ਅਤੇ ਗੁਰਮੁਖ ਪਿਆਰੇ ਇੰਗਲੈਂਡ ਤੋਂ ਆਏ, ਇੰਗਲੈਂਡ ਕੀ ਨਾਮ ਹੈ, ਭਾਈ ਹਰਮੀਤ ਸਿੰਘ ਜੀ ਇੰਗਲੈਂਡ ਤੋਂ ਆਏ ਹੈ, ਅਤੇ ਇਹਨਾਂ ਨੂੰ ਵੀ ਬੜਾ ਬੜਾ ਜੀ ਆਇਆ ਨੂੰ ਮਹਾਰਾਜ ਨੇ ਸੋਹਣਾ ਸਿੱਖੀ ਸਰੂਪ ਬਖਸ਼ਿਸ਼ ਕੀਤਾ, ਸੱਚੇ ਪਾਤਸ਼ਾਹ ਭਾਗ ਲਾਈ ਰੱਖਣ, ਦਇਆ ਰੱਖਣ, ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।